ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਨੈਣ। ਕਨਿਕਾ ਕਪੂਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ, ਪਰ ਹੁਣ ਕਨਿਕਾ ਕਪੂਰ ਪੁਲਿਸ ਇੰਟੈਰੋਗੇਸ਼ਨ ਦੇ ਵਿੱਚ ਫਸ ਸਕਦੀ ਹੈ। ਕੀ ਹੈ ਪੂਰਾ ਮਾਮਲਾ? ਕਿਉਂਕਿ ਕਨਿਕਾ ਕਪੂਰ ਦੀ ਰਿਪੋਰਟ ਪੋਜ਼ਿਟਿਵ ਆਉਣ ਤੋਂ ਬਾਅਦ ਉਹਨਾਂ ਦੇ ਖਿਲਾਫ FIR ਵੀ ਕੀਤੀ ਗਈ ਸੀ। ਤੁਸੀਂ ਵੀ ਦੇਖੋ ਦੈਨਿਕ ਸਵੇਰਾ ਟੀਵੀ ਦੀ ਇਹ ਖਾਸ ਰਿਪੋਰਟ। ਕਨਿਕਾ ਦੇ ਹਸਪੀਟਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਹੁਣ ਉਹਨਾਂ ਨਾਲ ਨਵੀਂ ਪ੍ਰੋਬਲਮ ਜੁੜ ਗਈ ਹੈ, ਤੇ ਉਹ ਪ੍ਰੋਬਲਮ ਹੈ ਪੁਲਿਸ ਇੰਟੈਰੋਗੇਸ਼ਨ ਦੀ। ਦਰਅਸਲ ਜਦੋਂ ਕਨਿਕਾ ਦੀ ਰਿਪੋਰਟ ਨੈਗੇਟਿਵ ਆਈ ਸੀ ਤਾਂ ਉਹਨਾਂ ਤੇ FIR ਦਰਜ ਕਰ ਦਿੱਤੀ ਗਈ ਸੀ, ਤੇ ਹੁਣ ਲਖਨਊ ਦੇ ਪੁਲਿਸ ਕਮਿਸ਼ਨਰ ਨੇ ਇੱਕ ਇੰਟਰਵਿਊ ਦੌਰਾਨ ਇਹ ਸਾਫ਼ ਕਰ ਦਿੱਤਾ ਹੈ ਕਿ ਕਨਿਕਾ ਤੋਂ ਪੁੱਛ ਗਿੱਛ ਕੀਤੀ ਜਾਏਗੀ। ਹਾਲੇ ਫਿਲਹਾਲ ਉਹ 14 ਦਿਨ ਆਪਣੇ ਘਰ ਹੀ ਰਹੇਗੀ ਤੇ ਕਿਸੇ ਨੂੰ ਵੀ ਨਹੀਂ ਮਿਲ ਪਾਏਗੀ, ਪਰ ਇਹ ਪੀਰੀਅਡ ਖਤਮ ਹੋਣ ਤੋਂ ਬਾਅਦ ਕਨਿਕਾ ਨੂੰ ਥਾਣੇ ਬੁਲਾਇਆ ਜਾਏਗਾ। ਤੁਹਾਨੂੰ ਦੱਸ ਦਈਏ ਕਿ ਕਨਿਕਾ ਦੇ ਖਿਲਾਫ਼ IPC ਦੀ ਧਾਰਾ 188, 269 ਤੇ 270 ਦੇ ਤਹਿਤ FIR ਦਰਜ ਹੋਈ ਹੈ। ਕਨਿਕਾ ਦੇ ਖਿਲਾਫ਼ ਲਖਨਊ ਦੇ ਹਜ਼ਰਤਗੰਜ ਤੇ ਮਹਾਨਗਰ ਵਿੱਚ ਵੀ ਮਾਮਲਾ ਦਰਜ ਹੈ। ਕਨਿਕਾ ਦਾ 9 ਮਾਰਚ ਨੂੰ UK ਤੋਂ ਇੰਡੀਆ ਆਉਣਾ ਤੇ ਆ ਕੇ ਪਾਰਟੀਜ਼ ਕਰਨਾ, ਘੁੰਮਣਾ ਫਿਰਨਾ ਤੇ ਫਿਰ 19 ਮਾਰਚ ਨੂੰ ਕੋਰੋਨਾ ਪੋਜ਼ਿਟਿਵ ਆਉਣ ਦੀਆਂ ਖਬਰਾਂ ਆਣਾ ਉਹਨਾਂ ਨੂੰ ਸ਼ੱਕ ਦੇ ਘੇਰੇ 'ਚ ਘਸੀਟਦਾ ਹੈ। ਕਨਿਕਾ ਨੂੰ ਹਲੇ 14 ਦਿਨ ਆਪਣੇ ਘਰ ਦੇ ਅੰਦਰ ਹੀ ਰਹਿਣਾ ਪਵੇਗਾ। ਇਹਨਾਂ 14 ਦਿਨਾਂ ਦੇ ਦੌਰਾਨ ਉਹ ਕਿਸੇ ਨੂੰ ਵੀ ਮਿਲ ਨਹੀਂ ਸਕਦੀ। ਹੁਣ 14 ਦਿਨਾਂ ਬਾਅਦ ਪੁਲਿਸ ਕਨਿਕਾ ਤੇ ਕੀ ਐਕਸ਼ਨ ਲੈਂਦੀ ਹੈ, ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ। ਖੈਰ, ਤੁਹਾਡੀ ਕੀ ਹੈ ਇਸ ਬਾਰੇ ਰਾਏ, ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸਿਸ ਦੇ ਵਿੱਚ। ਤੇ ਹੋਰ ਨਵੀਆਂ ਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦੈਨਿਕ ਸਵੇਰਾ TV ਦੇ ਨਾਲ, ਤੇ ਐਂਟਰਟੇਨਮੈਂਟ ਦੀਆਂ ਹੋਰ ਖਬਰਾਂ ਲਈ ਜ਼ਰੂਰ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸਵੇਰਾ ਸਟਾਰ ਟਾਕ। ਚੈਲੇਂਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।